ਆਈਡੀਅਲ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਦੁਬਈ, ਜੋ ਆਪ ਸਭ ਦੀ ਸੇਵਾ ਵਿੱਚ 1990 ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ। ਇਸ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ। ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਲਾਹੌਰ ਵਿਖੇ ਆਓ ਅਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ। ਡਰਾਈਵਿੰਗ ਲਾਇਸੈਂਸ ਲਈ ਸਿਰਫ 50,000 ਐਡਵਾਂਸ, ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ। PNC ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ। ਦੁਬਈ ਜਾਣ ਦੇ ਚਾਹਵਾਨ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਖਰ ਨਾਲ ਸੰਪਰਕ ਕਰੋ। ਫੋਨ ਨੰਬਰ 98-150-26-644, 98-720-16-644। ਅੱਜ ਦੀ ਮੀਟਿੰਗ 'ਚ ਭਾਵੇਂ ਪਾਣੀ ਦੇ ਮੋਰਚੇ ਬਾਰੇ ਗੱਲ ਕਰਨੀ ਹੈ, ਫਿਰ ਵੀ ਮੈਂ ਚਾਹਾਂਗਾ ਕਿ ਇੱਕ ਵਾਰ ਸਪਸ਼ਟ ਹੋ ਜਾਏ। ਮੋਰਚੇ ਰਾਤੀ ਸੋਚਿਆ ਸਵੇਰੇ ਉੱਠ ਕੇ ਨਹੀਂ ਲੱਗਦੇ। ਮੋਰਚੇ ਲਾਉਣ ਤੋਂ ਪਹਿਲਾਂ ਬਹੁਤ ਕੰਮ ਕਰਨਾ ਪੈਂਦਾ, ਪਹਿਲਾਂ ਮੁੱਦੇ ਲੱਭਣੇ ਪੈਂਦੇ ਨੇ, ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਮੁੱਦੇ, ਸਰਕਾਰਾਂ ਉਹਨਾਂ ਦੇ ਉੱਤੇ ਕਿੱਧਰ ਨੂੰ ਜਾ ਰਹੀਆਂ ਅਤੇ ਕਿੰਨੇ ਕੁ ਜ਼ਰੂਰੀ ਨੇ। ਆਪਾਂ ਦਿੱਲੀ ਮੋਰਚਾ ਜਿੱਤ ਕੇ ਆਏ ਹਾਂ, ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਉਹ ਮੋਰਚੇ ਦੇ ਪਿੱਛੇ ਅਸੀਂ 2 ਸਾਲ ਸਾਡੀ ਜਥੇਬੰਦੀ ਨੇ ਇਕੱਲੀ ਨੇ 2017 ਤੋਂ 2020 ਤੱਕ ਕਿੰਨਾ ਮਿਹਨਤ ਕਰਕੇ ਲੋਕਾਂ ਵਿੱਚ ਉਹਨੂੰ ਇੱਕ ਚਰਚਾ ਦਾ ਵਿਸ਼ਾ ਬਣਾਇਆ ਸੀ। ਜੋ ਸਰਕਾਰ ਕਰਨਾ ਚਾਹੁੰਦੀ ਸੀ ਉਹਨੂੰ ਅਸੀਂ ਪਹਿਲਾਂ ਹੀ ਨੰਗਾ ਕੀਤਾ ਸੀ। ਪਰ ਉਹਦੇ ਬਾਅਦ ਮੇਰੇ ਸਾਹਮਣੇ ਇੱਕ ਹੋਰ ਮੁੱਦਾ ਆਇਆ ਪੰਜਾਬ ਦੇ ਪਾਣੀਆਂ ਦਾ। ਮੈਂ ਇਹਨੂੰ ਸਟੱਡੀ ਕਰਨਾ ਸ਼ੁਰੂ ਕੀਤਾ, 2 ਸਾਲ ਇਸ ਮੁੱਦੇ ਨੂੰ ਗੰਭੀਰਤਾ ਨਾਲ ਪੜ੍ਹਿਆ, ਬਹੁਤ ਸਾਰੀਆਂ ਰਿਪੋਰਟਾਂ ਪੜ੍ਹੀਆਂ, ਬਹੁਤ ਸਾਰੇ ਮਾਹਰਾਂ ਨੇ ਕਿਤਾਬਾਂ ਲਿਖੀਆਂ ਪਾਣੀਆਂ ਦੇ ਉੱਤੇ, ਉਹ ਪੜ੍ਹੀਆਂ। ਕਈ ਕਿਤਾਬਾਂ ਬਹੁਤ ਘੱਟ ਅਵੇਲੇਬਲ ਨੇ, ਉਹਨਾਂ ਦੀ ਜ਼ੈਰੋਕਸ ਕਰਵਾ ਕੇ ਉਹਨਾਂ ਨੂੰ ਪੜ੍ਹਿਆ। ਪਹਿਲਾਂ ਆਪਣੇ ਆਪ ਨੂੰ ਸਪਸ਼ਟ ਕੀਤਾ, ਫਿਰ ਆਪਣੇ ਸਾਥੀਆਂ 'ਚ ਵਿਚਾਰਿਆ, ਫਿਰ ਵੱਡੀਆਂ ਮੀਟਿੰਗਾਂ 'ਚ ਵਿਚਾਰਿਆ, ਫਿਰ ਕਾਨਫਰੰਸਾਂ 'ਚ ਵਿਚਾਰਿਆ, ਫਿਰ ਅੱਜ ਜਦੋਂ ਹੋਰ ਵੀ ਸਨਸਨੀਖੇਜ਼ ਰਿਪੋਰਟਾਂ ਸਾਹਮਣੇ ਆ ਗਈਆਂ ਤਾਂ ਸਰਕਾਰਾਂ ਨੂੰ ਚਿੱਠੀਆਂ ਵੀ ਲਿਖੀਆਂ। ਜਿੱਦਣ ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ ਬਣਾਇਆ, ਸਭ ਤੋਂ ਪਹਿਲਾ ਬੰਦਾ ਮੈਂ ਸੀ। ਭਗਵੰਤ ਮਾਨ ਦੀ ਸਰਕਾਰ ਬਣੀਓ ਸੀ, ਮੈਂ ਉਹਨੂੰ ਚਿੱਠੀ ਲਿਖ ਕੇ ਕਿਹਾ ਸੀ ਇਹਦਾ ਵਿਰੋਧ ਕਰ, ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ, ਪਾਣੀ ਸਟੇਟ ਸਬਜੈਕਟ ਹੈ, ਝੀਲਾਂ ਸਟੇਟ ਸਬਜੈਕਟ ਹੈ, ਪਾਣੀ ਦੀਆਂ ਸਾਡੀਆਂ ਝੀਲਾਂ ਸਾਰੀਆਂ ਸਾਡੀਆਂ ਨੇ, ਕੇਂਦਰ ਇਹਦੇ 'ਤੇ ਕਾਨੂੰਨ ਨਹੀਂ ਬਣਾ ਸਕਦਾ। ਪਰ ਮੈਨੂੰ ਅਫਸੋਸ ਹੈ ਅੱਜ ਤੱਕ ਇੱਕ ਸ਼ਬਦ ਨਹੀਂ ਉਹਨਾਂ ਨੇ ਬੋਲਿਆ, ਅਤੇ ਅੱਜ ਮੈਂ ਹੁਣ ਪਿੱਛੇ ਚਿੱਠੀ ਲਿਖੀ ਵੀ ਭਲੇ ਮਾਨਸ ਹੁਣ ਕਿਉਂ ਹਾੜੇ ਕੱਢਦੇ BBMP ਦੀ ਮੈਂਬਰੀ ਨੂੰ, ਤੂੰ ਤਾਂ ਸਾਰਾ ਕੁਝ ਉਹਨਾਂ ਦੇ ਹਵਾਲੇ ਕਰਤਾ, ਸਾਡੇ ਡੈਮ ਹੁਣ ਉਹਨਾਂ ਦੇ ਹਵਾਲੇ ਹੋ ਕੇ ਡੈਮ ਸੇਫਟੀ ਐਕਟ ਦੇ ਤਹਿਤ, ਉਦੋਂ ਤੂੰ ਵਿਰੋਧ ਨਹੀਂ ਕੀਤਾ, ਅਸੈਂਬਲੀ 'ਚ ਮਤਾ ਪਾਸ ਨਹੀਂ ਕੀਤਾ, ਇੱਕ ਸ਼ਬਦ ਤੂੰ ਬੋਲਿਆ ਨਹੀਂ। ਹੁਣ ਕਹਿੰਦਾ ਸਾਡਾ BBMP 'ਚ ਮੈਂਬਰ ਨਹੀਂ, BBMP ਦੇ ਤਾਂ ਕੋਈ ਮਾਨੇ ਹੀ ਨਹੀਂ ਰਹਿ ਗਏ, ਸਭ ਕੁਝ ਤਾਂ ਉਹਨਾਂ ਦੇ ਕੋਲ ਚਲਾ ਗਿਆ। ਤਾਂ ਮੈਂ ਲਿਖਦਾ ਰਿਹਾ। ਖੈਰ ਉਹ ਤੋਂ ਬਾਅਦ ਇਹ ਸਥਿਤੀ ਸਾਹਮਣੇ ਆਈ ਵੀ ਪੰਜਾਬ ਦੇ ਪਾਣੀ ਦੀ ਕੀ ਸਥਿਤੀ ਹੈ। ਇੱਕ 2012 'ਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ, ਦੁਨੀਆਂ ਦੀਆਂ ਨਾਮਵਰ ਸੰਸਥਾਵਾਂ ਨੇ ਪੰਜਾਬ ਦੇ ਪਾਣੀ 'ਤੇ ਸਟੱਡੀ ਕੀਤੀ, ਉਹਦੀਆਂ ਰਿਪੋਰਟਾਂ ਮੇਰੇ ਕੋਲ ਨੇ। ਮੈਂ ਉਹਨਾਂ 'ਤੇ ਆਧਾਰਿਤ ਲੇਖ ਲਿਖਿਆ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਵੀ ਸਾਡੀ ਪਾਣੀ ਦੀ ਪੁਜ਼ੀਸ਼ਨ ਕੀ ਹੈ। ਇੱਕ ਕੈਨੇਡਾ ਦੀ ਯੂਨੀਵਰਸਿਟੀ ਹੈ ਅਲਬਰਟਾ ਦੀ,
ਇੱਕ ਲੰਡਨ ਦੀ ਯੂਨੀਵਰਸਿਟੀ ਹੈ, ਇੱਕ ਨਾਸਾ ਦੀ ਰਿਪੋਰਟ ਹੈ ਜਿਹੜੀ ਸਾਰੀ ਦੁਨੀਆ ਦੀ ਟੋਪ ਸਾਇੰਟਿਸਟ ਸਾਇੰਸ ਦੀ ਟੋਪ ਦੀ ਸੰਸਥਾ ਹੈ, ਇੱਕ ਸਾਡੀ ਭਾਰਤ ਦੇ ਜਿਹੜਾ ਗਰਾਊਂਡ ਵਾਟਰ ਕਮਿਸ਼ਨ ਹੈ ਉਹਦੀ ਰਿਪੋਰਟ ਹੈ, ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਹੈ, ਖੇਤੀਬਾੜੀ ਵਿਭਾਗ ਦੀ ਰਿਪੋਰਟ ਹੈ, IIT ਖੜਗਪੁਰ ਦੀ ਰਿਪੋਰਟ ਹੈ, IIT ਰੁੜਕੀ ਦੀ ਰਿਪੋਰਟ ਹੈ, ਉਹ ਸਾਰੀਆਂ ਮੇਰੇ ਕੋਲ ਨੇ। ਮੈਂ ਉਹਨਾਂ 'ਤੇ ਆਧਾਰਿਤ ਲੇਖ ਲਿਖਿਆ, ਲੋਕਾਂ ਨੂੰ ਪਤਾ ਲੱਗੇ। ਉਹਨਾਂ ਨੇ ਕਿਹਾ ਵੀ ਪੰਜਾਬ ਦਾ ਪਾਣੀ 2012 'ਚ ਕਿਹਾ ਉਹਨਾਂ ਨੇ ਵੀ ਪੰਜਾਬ ਦਾ ਪਾਣੀ 2030 'ਚ ਖਤਮ ਹੋ ਜਾਏਗਾ, ਪੰਜਾਬ ਕੋਲ ਪੀਣ ਲਈ ਪਾਣੀ ਨਹੀਂ ਬਚੇਗਾ। ਉਹਨਾਂ ਨੇ ਕਿਹਾ ਪੰਜਾਬ ਦੇ ਕੋਲ ਜਿੰਨਾ ਪਾਣੀ ਸੀਪੇਜ ਹੁੰਦਾ, ਬਰਸਾਤ ਹੁੰਦੀ ਹੈ, ਹੜ੍ਹ ਆਉਂਦੇ ਨੇ, ਧਰਤੀ ਹੇਠਾਂ ਜਾਂਦਾ, ਉਹ ਤਕਰੀਬਨ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਸਾਡੇ ਕੋਲ 320 ਟ੍ਰਿਲੀਅਨ ਕਿਊਬਿਕ ਮੀਟਰ ਪਾਣੀ 3 ਤਹਿਾਂ 'ਚ, 2 ਤਹਿਾਂ ਅਸੀਂ ਖਤਮ ਕਰ ਲਈਆਂ, 1 ਤਹਿ 'ਚੋਂ ਜਿਹਦੇ 'ਚੋਂ ਕਰ ਲਿਓ ਆਖਰੀ। ਸਾਡੀ ਖੇਤੀ ਦੀ ਕੰਜ਼ਮਪਸ਼ਨ ਬਹੁਤ ਹੈ। ਇਹ 2012 ਦੀ ਸਟੱਡੀ ਤੋਂ ਜਿਹੜਾ ਬਾਅਦ 'ਚ ਇੱਥੇ ਕੰਮ ਹੋਇਆ ਉਹਦੇ ਨਾਲ ਤਾਂ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ। ਫਿਰ ਇਹ ਡਿਸਕਸ ਕੀਤਾ ਆਪਣੇ ਸਾਥੀਆਂ ਨੇ, ਬਹੁਤ ਸਾਰੇ ਸੈਮੀਨਾਰ ਬੁਲਾਏ, ਬੜੇ ਮਾਹਰ ਬੁਲਾਏ ਚੰਡੀਗੜ੍ਹ 'ਚ, ਪਾਣੀਆਂ ਦੇ ਮਾਹਰ ਜਿਹੜੇ ਪਾਣੀਆਂ ਦੇ ਸਮਝੌਤੇ ਹੋਏ ਆ ਉਹਨਾਂ ਦੇ ਮਾਹਰ ਬੁਲਾਏ, ਅਤੇ ਇਹਨੂੰ ਤਹਿ ਤੱਕ ਸਮਝੀਏ ਤਾਂ ਸਹੀ। ਸਾਰਾ ਸਮਝਣ ਤੋਂ ਬਾਅਦ ਫਿਰ ਸਰਕਾਰ ਨੂੰ ਨੋਟਿਸ ਦਿੱਤਾ ਪਿਛਲੇ ਸਾਲ 5 ਅਗਸਤ ਨੂੰ ਵੀ ਜਾਂ ਤਾਂ ਪੰਜਾਬ ਦਾ ਕੁਝ ਕਰੋ, ਤੁਹਾਡੀਆਂ ਗਲਤੀਆਂ ਦੀ ਸਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਨੇ। ਉਹਨੂੰ ਜਦੋਂ ਸਟੱਡੀ ਕੀਤਾ ਤਾਂ ਮੈਨੂੰ ਅੱਜ ਵੀ ਇਹ ਸਮਝ ਨਹੀਂ ਆ ਰਹੀ ਵੀ ਸਾਡਾ ਧਰਤੀ ਦਾ ਪਾਣੀ ਮੁੱਕ ਗਿਆ, ਅਸੀਂ ਕਰਾਂਗੇ ਕੀ ਇਹਦੇ ਬਗੈਰ। ਦੂਜਾ, 2 ਤਰ੍ਹਾਂ ਦਾ ਪਾਣੀ ਹੈ ਸਾਡੇ ਕੋਲ, ਇੱਕ ਧਰਤੀ ਦਾ ਕੁਦਰਤ ਨੇ ਬਖਸ਼ਿਆ ਹੋਇਆ, ਇੱਕ ਦਰਿਆਵਾਂ ਦਾ ਪਾਣੀ। ਇਹ ਸਾਰੀ ਦੁਨੀਆ ਦਾ ਇੱਕ ਅਸੂਲ ਹੈ, ਰਾਈਪੇਰੀਅਨ ਪ੍ਰਿੰਸੀਪਲ ਕਹਿੰਦੇ ਨੇ, ਜਿਹਨੂੰ ਕੋਈ ਤੋੜ ਨਹੀਂ ਸਕਦਾ। ਜਿੱਥੋਂ ਦੀ ਕੋਈ ਦਰਿਆ ਵਗਦੇ ਨੇ ਉੱਥੋਂ ਦੇ ਲੋਕ ਹੜ੍ਹਾਂ ਦੀ ਮਾਰ ਝੱਲਦੇ ਨੇ, ਇਸ ਕਰਕੇ ਉੱਥੋਂ ਦੇ ਲੋਕ ਉਹਦੇ ਪਾਣੀ ਦੇ ਮਾਲਕ ਨੇ। ਜੇ ਕਿਤੇ ਇੰਟਰਸਟੇਟ ਦਰਿਆ ਹੋਣ, ਇੱਕ ਸੂਬੇ 'ਚੋਂ ਦੂਜੇ ਸੂਬੇ 'ਚ ਜਾਵੇ, ਤਾਂ ਫਿਰ ਸੈਂਟਰ ਸਰਕਾਰ ਦਖਲ ਦੇ ਸਕਦੀ ਹੈ। ਜੇ ਕੋਈ ਰਾਈਪੇਰੀਅਨ ਸਟੇਟ ਹੋਵੇ, ਉਹਦੇ ਦਰਿਆ ਦੇ ਜਿਹੜਾ ਬੇਸਿਨ ਹੈ, ਦਰਿਆ ਆਪਣਾ ਬਦਲਦਾ ਰਿਹਾ। ਹੁਣ ਤਾਂ ਅਸੀਂ ਬੰਨ ਮਾਰਦੇ ਨਾ, ਜਦੋਂ ਬੰਨ ਨਹੀਂ ਸੀ ਮਾਰਦੇ ਦਰਿਆ ਆਪਣਾ ਰੁੱਖ ਬਦਲ ਲੈਂਦੇ ਸੀ, ਉਦੋਂ ਕਦੇ ਬੇਸਨ ਉਹਦਾ ਇੱਧਰ ਨੂੰ 10 ਮੀਲ ਇੱਧਰ ਚਲਾ ਗਿਆ, 10 ਮੀਲ ਇੱਧਰ ਚਲਾ ਗਿਆ, ਉਹਦੇ ਬੇਸਨ 'ਚ ਕੋਈ ਰਿਹਾ ਹੋਵੇ ਉਹਨੂੰ ਰਾਈਪੇਰੀਅਨ ਸਟੇਟ ਕਹਿੰਦੇ ਨੇ। ਪਰ ਪੰਜਾਬ ਦੇ ਹਿੱਸੇ ਜਦੋਂ ਆਜ਼ਾਦ ਹੋਏ ਤਾਂ ਪਾਕਿਸਤਾਨ ਨੂੰ ਮਿਲੇ ਚਨਾਬ, ਜੇਹਲਮ ਅਤੇ ਸਿੰਧ, ਇਹ 3 ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਮਿਲ ਗਿਆ। 5 ਲੱਖ ਕਿਊਬਿਕ ਮੀਟਰ ਉਹਦੇ ਵਿੱਚੋਂ ਚਨਾਬ ਦਾ ਪਾਣੀ ਸਾਨੂੰ ਦੇਣਾ ਸੀ ਟਨਲ ਬਣਾ ਕੇ, ਜਿਹੜਾ ਅੱਜ ਤੱਕ ਕਿਸੇ ਨੇ ਲੱਭਿਆ ਹੀ ਨਹੀਂ। ਅਤੇ ਸਾਨੂੰ ਆਏ ਸਤਲੁਜ, ਬਿਆਸ ਅਤੇ ਰਾਵੀ, ਉਦੋਂ ਉਹਦੇ ਸਾਹਮਣੇ ਜਿਹੜੇ ਅੰਕੜੇ ਪੇਸ਼ ਕੀਤੇ ਉਹ ਇਹ ਤੁੱਥ ਮੁੱਥ ਬਣਾ ਕੇ ਦੇ ਤੇ, ਰਾਜਸਥਾਨ ਦਾ ਪਾਣੀ ਦੁੱਗਣਾ ਕਰਤਾ, ਕੁਛ ਜੰਮੂ ਰੀਜਨ ਦਾ ਵਧਾ ਤਾ, ਕੁਛ ਦਿੱਲੀ ਨੂੰ ਦੇ ਤਾ, ਅਤੇ ਥੋੜ੍ਹਾ ਜਿਹਾ ਪੰਜਾਬ ਦਾ ਵਧਾ ਤਾ। ਮੰਨਿਆ ਵੀ 17.17 MAF ਪਾਣੀ ਸਾਡੇ ਕੋਲ ਹੈ, ਜਦਕਿ ਉਦੋਂ ਵੀ ਪਾਣੀ ਦੀ ਪੂਰੀ ਮਿਣਤੀ ਨਹੀਂ ਹੋਈ। ਹਰ 25 ਸਾਲ ਬਾਅਦ ਪਾਣੀ ਦਾ ਰਿਕਾਰਡ ਬਣਦਾ, 25 ਸਾਲਾਂ ਬਾਅਦ ਕਿੰਨਾ ਪਾਣੀ ਦਰਿਆਵਾਂ ਵਿੱਚੋਂ ਫਲੋ ਕਿੰਨਾ, ਉਹ ਮਿਣ ਕੇ ਉਹਦੀ ਸੀਰੀਜ਼ ਕਹਿੰਦੇ ਨੇ ਤਿਆਰ ਹੁੰਦੀ ਹੈ। ਹੁਣ ਤਾਂ 1961 ਦੇ ਬਾਅਦ ਇਸ ਸਰਕਾਰ ਨੇ ਕਦੇ ਉਹ ਸੀਰੀਜ਼ ਤਿਆਰ ਹੀ ਨਹੀਂ ਕੀਤੀ ਕਿੰਨਾ ਪਾਣੀ ਆਉਂਦਾ। ਹੁਣ ਸਾਡੇ ਕੁਛ ਮਾਹਰ ਇਹ ਕਹਿੰਦੇ ਨੇ ਵੀ ਸਾਡੇ ਕੋਲ 13 MAF ਪਾਣੀ ਰਹਿ ਗਿਆ, ਵੰਡਿਆ ਹੋਇਆ 17, ਜਿਹੜਾ 4 ਹੈ ਹੀ ਨਹੀਂ,
ਉਹ ਘਾਟਾ ਪੰਜਾਬ ਦੇ ਖਾਤੇ ਚੋਂ ਪੈਂਦਾ। ਪੰਜਾਬ ਕੋਲ ਤਾਂ ਪਾਣੀ ਨਹੀਂ ਬਚਿਆ, ਹਰਿਆਣਾ ਸਾਡੇ ਵਿੱਚੋਂ ਨਿਕਲਿਆ। ਤੋ ਇੱਕ ਤਾਂ ਇਹ ਗਲਤੀ ਹੋਈ ਵੀ 1955 ਵਿੱਚ ਪਾਣੀ ਵੰਡਣ ਵੇਲੇ ਗਲਤੀ ਕੀਤੀ, ਇਹ ਨਹੀਂ ਦੇਖਿਆ ਵੀ ਕੋਈ ਰਾਈਪੇਰੀਅਨ ਹੈ ਕਿ ਨਹੀਂ, ਚੁੱਪ ਕਰਕੇ ਰਾਜਸਥਾਨ ਦਾ ਪਾਣੀ ਦੁੱਗਣਾ ਕਰਤਾ। ਇਹ ਗੈਰ ਸੰਵਿਧਾਨਿਕ ਸੀ। ਸੰਵਿਧਾਨ ਵਿੱਚ ਸਾਡੇ 'ਚ ਕੰਮ ਵੰਡੇ ਹੋਏ ਨੇ ਸੈਂਟਰ ਸਰਕਾਰ ਦੇ ਅਤੇ ਸੂਬਿਆਂ ਦੇ। ਇੱਕ ਸਟੇਟ ਲਿਸਟ ਹੈ ਜਿਹਦੇ ਵਿੱਚ ਸਾਰੇ ਕੰਮ ਲਿਖੇ ਨੇ ਵੀ ਆਹ ਕੰਮ ਸੂਬਾ ਸਰਕਾਰ ਆਜ਼ਾਦ ਤੌਰ 'ਤੇ ਕਰੂ, ਉਹਦੇ 'ਤੇ ਕੋਈ ਦਖਲ ਨਹੀਂ, ਉਹ ਸੈਂਟਰ ਦਖਲ ਨਹੀਂ ਦਊ, ਸੁਪਰੀਮ ਕੋਰਟ ਦਖਲ ਨਹੀਂ ਦਊ। ਇੱਕ ਹੈਗੀ ਆ ਯੂਨੀਅਨ ਲਿਸਟ, ਸੈਂਟਰਲ ਗਵਰਨਮੈਂਟ ਦੀ ਲਿਸਟ ਜਿਹਦੇ 'ਤੇ ਸਾਰੇ ਸੈਂਟਰ ਦੇ ਕੰਮ ਲਿਖੇ ਹੋਏ ਨੇ। ਇੱਕ ਹੈਗੀ ਆ ਕੰਕਰੈਂਟ ਲਿਸਟ, ਜਿਹੜੀ ਦੋਵਾਂ ਨੇ ਰਲ ਕੇ ਕਰਨੇ ਨੇ। ਤਿੰਨ ਲਿਸਟਾਂ ਨੇ। ਪੰਜਾਬ ਦੀ ਜਿਹੜੀ ਸਟੇਟ ਲਿਸਟ ਹੈ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਵੀ 17 ਨੰਬਰ 'ਤੇ ਪਾਣੀ ਇਹ ਸਟੇਟ ਦਾ ਮੁੱਦਾ ਹੈ, ਇਹਦੇ 'ਚ ਸੈਂਟਰ ਦਖਲ ਨਹੀਂ ਦੇ ਸਕਦਾ। ਹੁਣ ਸੈਂਟਰ ਦਖਲ ਨਹੀਂ ਸੀ ਦੇ ਸਕਦਾ, ਪਰ 1966 ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਉਸ ਵੇਲੇ ਧਾਰਾ 78, 79, 80 ਸਿਰਫ ਇਸ ਲਈ ਪਾਈ ਗਈ ਵੀ ਕੇਂਦਰ ਸਰਕਾਰ ਪਾਣੀ ਦੇ ਮਾਮਲੇ 'ਚ ਦਖਲ ਦੇ ਸਕੇ, ਉਹਨੇ ਅਧਿਕਾਰ ਲੈ ਲਏ। ਹੋਰ ਬਾਕੀ ਸਟੇਟਾਂ ਵੀ ਰੀਓਰਗਨਾਈਜ਼ ਹੋਈਆਂ, ਕਿਸੇ ਸਟੇਟ ਦੇ ਰੀਓਰਗਨਾਈਜੇਸ਼ਨ ਐਕਟ ਵਿੱਚ ਇੱਦਾਂ ਦੀ ਕੋਈ ਧਾਰਾ ਨਹੀਂ, ਇਹ ਸਿਰਫ ਇਕੱਲੇ ਪੰਜਾਬ ਦੀ ਹੀ ਮਿਲਦੀ। ਪੰਜਾਬ ਨੇ ਉਸ ਨੂੰ ਸੁਪਰੀਮ ਕੋਰਟ 'ਚ ਚੈਲੇਂਜ ਕਰਤਾ ਵੀ ਇਹ ਗਲਤ ਪਾਈ ਹੈ ਧਾਰਾ, ਤੁਸੀਂ ਇਹਦੇ 'ਚ ਦਖਲ ਦੇ ਨਹੀਂ ਸਕਦੇ। ਅਤੇ ਇੰਦਰਾ ਗਾਂਧੀ ਦੀ ਸਰਕਾਰ ਸੀ, ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਉਹਨੇ ਬੁਲਾ ਕੇ, ਹੁਣ ਓਪਨ ਸੀ ਕੱਲਾ, ਸਾਰੀਆਂ ਗੱਲਾਂ ਸਾਰੀਆਂ ਬਾਹਰ ਆ ਗਈਆਂ, ਉਹਨੇ ਬੁਲਾ ਕੇ ਦਰਬਾਰਾ ਸਿੰਘ ਨੂੰ ਕਿਹਾ ਵੀ ਜਾਂ ਤਾਂ ਉਹ ਕਮਿਸ਼ਨ ਰੱਖਦਾ ਜਾਂ ਆਪਣੀ ਕੁਰਸੀ ਰੱਖਦਾ, ਤੂੰ ਦੇਖ ਲੈ ਤੈਨੂੰ ਕਿਹੜੀ ਚੀਜ਼ ਪਸੰਦ ਹੈ। ਉਹ ਆਇਆ, ਉਹਨੇ ਕਿਸੇ ਨੂੰ ਪੁੱਛਿਆ ਨਹੀਂ, ਪਟੀਸ਼ਨ ਵਾਪਸ ਲੈ ਲਈ, ਉਹਦੀ ਅੱਜ ਤੱਕ ਸਾਰਾ ਪੰਜਾਬ ਸਜ਼ਾ ਭੁਗਤ ਰਿਹਾ। ਉਹਦੇ ਬਾਅਦ ਸੈਂਟਰ ਦਾ ਦਖਲ ਸਿੱਧ ਹੋ ਗਿਆ। ਉਹਦੇ ਬਾਅਦ ਫਿਰ 2006 'ਚ ਫਿਰ ਧਾਰਾ 78, 79, 80 ਚੈਲੇਂਜ ਕੀਤੀ ਗਈ। ਮੈਨੂੰ ਸਮਝ ਨਹੀਂ ਆ ਰਹੀ ਵੀ ਸਾਡੀ ਸੁਪਰੀਮ ਕੋਰਟ ਕਰਦੀ ਕੀ ਹੈ, ਸਾਡੀ ਉਹ ਪਟੀਸ਼ਨ ਦਾ ਤਾਂ ਫੈਸਲਾ ਨਹੀਂ ਕਰਦੀ, SYL ਹੋ ਰਹੀ ਹੈ। ਮੈਂ ਪਿਛਲੇ ਸਾਲ ਜਦੋਂ ਬਹੁਤ SYL ਕਰਦੀ ਸੀ ਸੁਪਰੀਮ ਕੋਰਟ, ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖੀ, ਬੜੀ ਲੰਬੀ 4 ਸਫ਼ੇ ਦੀ ਚਿੱਠੀ ਲਿਖੀ। ਪਹਿਲਾਂ ਤਾਂ ਦੱਸਿਆ ਵੀ ਅਸੀਂ ਕੌਣ ਹਾਂ। ਮੈਂ ਚੀਫ ਜਸਟਿਸ ਨੂੰ ਕਿਹਾ ਵੀ ਜੱਜ ਸਾਹਿਬ, ਅਸੀਂ ਪੰਜਾਬ 'ਚ ਵਸਣ ਵਾਲੇ ਲੋਕਾਂ ਦੀ ਪਹਿਲਾਂ ਮਾਨਸਿਕਤਾ ਸਮਝੋ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਫਾਂਸੀਆਂ ਚੜ੍ਹੇ, ਸਭ ਤੋਂ ਵੱਧ ਕਾਲੇ ਪਾਣੀਆਂ ਦੀ ਸਜ਼ਾ ਕੱਟਣ ਗਏ, 10 ਲੱਖ ਪੰਜਾਬੀ ਮਰੇ, ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਦੇਸ਼ ਦੀ ਆਜ਼ਾਦੀ ਖੜੀ, 10 ਲੱਖ ਪੰਜਾਬੀ, ਕੋਈ ਗੁਜਰਾਤੀ ਨਹੀਂ ਮਰਿਆ, ਕੋਈ ਕਰਨਾਟਕ ਵਾਲਾ ਨਹੀਂ ਮਰਿਆ, ਕੋਈ ਆਂਧਰਾ ਵਾਲਾ ਨਹੀਂ ਮਰਿਆ, ਕੋਈ ਨਹੀਂ ਮਰਿਆ, ਕੁਝ ਬੰਗਾਲੀ ਮਰੇ, ਪੰਜਾਬੀ 10 ਲੱਖ ਮਰੇ, ਉਹਨਾਂ ਦੀਆਂ ਲਾਸ਼ਾਂ 'ਤੇ ਇਸ ਦੇਸ਼ ਦੀ ਆਜ਼ਾਦੀ ਖੜੀ ਹੈ। ਅਸੀਂ ਐਸੇ ਦੇਸ਼ ਭਗਤਾਂ, ਅਸੀਂ 17 ਕੁਇੰਟਲ 20 ਕਿਲੋ ਸੋਨਾ ਦਿੱਤਾ, ਸਾਰੇ ਦੇਸ਼ ਨੇ 18 ਕਿਲੋ ਸੋਨਾ ਦਿੱਤਾ। ਜਿਹੜੀ ਕੈਸ਼ ਮਦਦ ਕੀਤੀ ਉਹ 98% ਪੰਜਾਬੀਆਂ ਦੀ ਸੀ, 2% ਬਾਕੀ ਦੇਸ਼ ਵਾਸੀਆਂ ਦੀ ਸੀ। ਤੁਸੀਂ ਅੱਜ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰਨ ਲੱਗੇ ਹੋ। ਮੈਂ ਕਿਹਾ ਵੀ ਜੱਜ ਸਾਹਿਬ, ਜੱਜਾਂ ਦੀ ਕੋਈ, ਜੱਜਾਂ ਵਿੱਚ ਹਉਮੈ ਨਹੀਂ ਹੁੰਦੀ, ਉਹਨਾਂ ਦੀ ਕੋਈ ਈਗੋ ਨਹੀਂ ਹੁੰਦੀ, ਜੱਜਾਂ ਨੇ ਸੰਵਿਧਾਨ ਨੂੰ ਔਰ ਕਾਨੂੰਨ ਨੂੰ ਪੜ੍ਹ ਕੇ ਉਹਦੇ ਮੁਤਾਬਕ ਇਨਸਾਫ ਕਰਨਾ ਹੁੰਦਾ। ਤੁਹਾਡੇ ਜੱਜ ਜਦੋਂ SYL ਕਰੀ ਜਾਂਦੇ ਹੈ, ਉਹ ਸਾਨੂੰ ਦੱਸਣ SYL ਫੋਰ ਵਟ, ਕਾਹਦੇ ਲਈ। ਉਹਨਾਂ ਨੇ ਦੇਖ ਲਿਆ ਪਾਣੀ ਹੈ ਵੀ ਕਿ ਨਹੀਂ, ਜੇ ਪਾਣੀ ਹੋਣੀ ਫਿਰ SYL ਕਾਹਦੇ ਵਾਸਤੇ।
ਉਹ ਕਿਉਂ ਐਸ ਵਾਈ ਐਲ ਕਰਦੇ ਨੇ? ਮੈਂ ਉਹਨੂੰ ਕਿਹਾ ਵੀ ਸਾਨੂੰ ਪਹਿਲਾਂ ਸਪਸ਼ਟ ਕਰੋ, ਪੰਜਾਬ ਨਾਲ ਜਿੰਨੇ ਸਮਝੌਤੇ ਹੋਏ ਆ, ਕਿਸੇ ਹੋਰ ਦੇਸ਼ ਦੇ ਕਿਸੇ ਸੂਬੇ ਨਾਲ ਇੱਕ ਵੀ ਸਮਝੌਤਾ ਇਹੋ ਜਿਹਾ ਹੋਇਆ? ਦੇਸ਼ ਦੇ ਕਿਸੇ ਸੂਬੇ ਨੇ ਨੌਨ ਰਾਈਪ ਏਰੀਏ ਨੂੰ ਪਾਣੀ ਦਿੱਤਾ? ਮੁੱਦੇ ਤਾਂ ਲੋਕਾਂ ਦੇ ਆਹ ਨੇ, ਮੁੱਦੇ ਤਾਂ ਲੋਕਾਂ ਦੇ ਗਰੀਬੀ ਹੈ, ਅਨਇੰਪਲਾਇਮੈਂਟ ਹੈ, ਨਸ਼ੇ ਹੈ। ਉਹ ਸਿਰਫ ਗੱਲ ਤੋਂ ਉੱਤੇ ਗੱਲ ਕਰਕੇ ਉੱਥੇ ਛੱਡ ਦਿੰਦੇ ਨੇ ਸਾਨੂੰ, ਪੈਸੇ ਨਾਲ ਬੱਸਾਂ ਭੇਜ ਭੇਜ ਕੇ ਕੱਟ ਕਰਕੇ ਅਖਬਾਰਾਂ 'ਚ ਖਬਰਾਂ ਜ਼ਰੂਰ ਲਾ ਲੈਂਦੇ ਨੇ, ਪਰ ਲੜਾਈ ਕੋਈ ਲੜਨ ਨੂੰ ਤਿਆਰ ਨਹੀਂ। ਅਸੀਂ ਇਹਨਾਂ ਚੀਜ਼ਾਂ ਨਾਲ ਖਤਮ ਹੁੰਦੇ ਜਾ ਰਹੇ ਹਾਂ। ਸਾਡੇ ਬੱਚਿਆਂ ਵਿੱਚ ਐਸਾ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋਇਆ, ਕਿਸੇ ਮਾਪੇ ਨੂੰ ਯਕੀਨ ਨਹੀਂ ਵੀ ਬੱਚੇ ਦਾ ਇੱਥੇ ਭਵਿੱਖ ਸੁਰੱਖਿਅਤ ਹੈ, ਨਾ ਬੱਚੇ ਨੂੰ ਆਪਣਾ ਭਵਿੱਖ ਸੁਰੱਖਿਅਤ ਲੱਗਦਾ, ਕੋਈ ਉਹਦੀ ਉਮਰ ਦੇ ਮੁਤਾਬਕ ਉਹਨੂੰ ਰੁਜ਼ਗਾਰ ਦੇਣ ਵਾਸਤੇ ਤਿਆਰ ਨਹੀਂ। ਅਤੇ ਇੱਥੋਂ ਸਾਰੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਨੇ। ਪੰਜਾਬ ਦਾ 68,000 ਕਰੋੜ ਰੁਪਇਆ ਹਰ ਸਾਲ ਕੈਨੇਡਾ ਜਾਂਦਾ, ਤੁਸੀਂ ਤਾਂ ਡੁੱਬ ਗਏ ਸੀ, ਤੁਹਾਨੂੰ ਤਾਂ ਅਸੀਂ ਬਚਾਇਆ। ਉਹ ਮੰਨਦੇ ਨੇ ਵੀ ਹਾਂ ਤੁਸੀਂ ਬਚਾਇਆ। ਮੈਂ ਤੁਹਾਨੂੰ ਸਾਡੀ ਇੱਕ ਦੁੱਖ ਦੀ ਗੱਲ ਪਤਾ ਲੱਗ ਗਈ ਵੀ ਇੱਥੇ ਦੇ ਲੋਕਾਂ ਕੋਲ ਇੱਥੇ ਭਵਿੱਖ ਨਹੀਂ ਹੈ ਬੱਚਿਆਂ ਦਾ, ਇਹਨਾਂ ਨੂੰ ਦਾਖਲੇ ਦੇ ਨਾਂ ਦੇ ਉੱਤੇ ਖਿੱਚ ਲਓ। 25-30 ਲੱਖ ਤੋਂ 50 ਲੱਖ ਰੁਪਈਏ ਤੱਕ ਇੱਕ ਕੋਰਸ 'ਤੇ ਖਰਚ ਆਉਂਦਾ ਹੈ। ਸਾਡੇ ਬੱਚੇ ਇੰਨੇ, ਅਸੀਂ ਜ਼ਮੀਨਾਂ ਵੇਚ ਵਿੱਚ ਚੜਾਈ ਜਾਂਦੇ ਹਾਂ, ਜਹਾਜ਼ ਇਹੋ ਜਿਹੀ ਸਥਿਤੀ 'ਚ ਫਸੇ ਹਾਂ। ਅਤੇ ਹੁਣ ਜੇ ਹੁਣ ਅਣਗਹਿਲੀ ਕਰ ਗਏ ਤਾਂ ਮੈਨੂੰ ਨਹੀਂ ਲੱਗਦਾ ਝੋਨੇ ਦੀ ਸਥਿਤੀ ਤੋਂ ਬਾਅਦ 'ਚ ਤੁਸੀਂ ਬਚੋਗੇ। ਪਾਣੀ ਤੁਹਾਡਾ ਇੰਨਾ ਖਤਰਨਾਕ ਦੌਰ 'ਚ ਪਹੁੰਚ ਗਿਆ ਅਤੇ ਬਗੈਰ ਪਾਣੀ ਜ਼ਿੰਦਗੀ ਨਹੀਂ, ਉਹਦੇ 'ਤੇ ਅਸੀਂ ਮੋਰਚਾ ਲਾਉਣ ਜਾ ਰਹੇ ਹਾਂ 18 ਤਰੀਕ ਨੂੰ। ਕਈ ਵਾਰੀ ਇਹਨੂੰ ਅੱਗੇ ਪਾਇਆ, ਪਹਿਲਾਂ ਮੋਰਚਾ ਲਾਉਣ ਲੱਗੇ, ਜੀਰੇ ਵਾਲੇ ਕਹਿੰਦੇ ਜੀ ਸਾਡਾ ਮੋਰਚਾ ਪ੍ਰਭਾਵਿਤ ਹੋਊਗਾ, ਤੁਸੀਂ ਹੋਰ ਅੱਗੇ ਕਰੋ। ਪਿਛਲੇ ਸਾਲ ਨੋਟਿਸ ਦਿੱਤਾ, ਫਿਰ ਉਹਦੇ ਬਾਅਦ ਅਸੀਂ 17 ਜਨਵਰੀ ਦਾ ਨੋਟਿਸ ਦਿੱਤਾ, ਬੰਦੀ ਸਿੰਘਾਂ ਦਾ ਮੋਰਚਾ ਲੱਗ ਗਿਆ, ਅਸੀਂ ਨਹੀਂ ਸੀ ਉਹਨੂੰ ਡਿਸਟਰਬ ਕਰਨਾ ਚਾਹੁੰਦੇ, ਅਸੀਂ ਫਿਰ ਲਮਕਾ ਦਿੱਤਾ, ਫਿਰ 5 ਅਗਸਤ ਨੂੰ ਦਿੱਤਾ। ਹੁਣ ਕਰਦੇ ਕਰਦੇ ਅਸੀਂ 18 ਜਨਵਰੀ 'ਤੇ ਆ ਗਏ। ਅਸੀਂ ਤੈਅ ਕਰ ਲਿਆ ਵੀ ਉੱਥੇ ਬਹਿ ਜਾਣਾ, ਦੇਖੀ ਜਾਊ ਜਿਹੜਾ ਕੁਛ ਹੋਊ ਉਹ ਸਫ਼ਰ ਕਰਾਂਗੇ। ਪਰ ਤੁਸੀਂ ਹੈਰਾਨ ਹੋਵੋਗੇ ਵੀ ਮੁੱਦੇ ਅਸੀਂ 4 ਰੱਖੇ ਨੇ। ਇੱਕ ਤਾਂ ਪਾਣੀਆਂ ਦਾ ਮੁੱਦਾ ਰੱਖਿਆ, ਇੱਕ ਰੱਖਿਆ ਚੰਡੀਗੜ੍ਹ ਤੁਹਾਡੇ ਪਿੰਡ ਉਜਾੜ ਕੇ ਬਣਾਇਆ ਸੀ, ਕਈ ਸਮਝੌਤੇ ਹੋਏ, ਕਈ ਵਾਰੀ ਤਾਂ ਐਸੀ ਸਥਿਤੀ ਹੋਈ ਵੀ ਜੀ ਕੱਲ੍ਹ ਨੂੰ ਚੰਡੀਗੜ੍ਹ ਦੇ ਦੇਣਾ। ਇਹ ਵੀ ਕਹਿਤਾ ਵੀ ਦੀਵਾਲੀ ਮਨਾਓ ਜੀ, ਆਖਰੀ ਮੂਮੈਂਟ 'ਤੇ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਮੁੱਕਰ ਗਈ। ਰਾਜੀਵ ਲੌਂਗੋਵਾਲ ਸਮਝੌਤੇ 'ਚ ਚੰਡੀਗੜ੍ਹ ਵਾਲਾ ਪਾਰਟ ਮਿਸਿੰਗ ਹੈ, ਪਾਣੀ ਵਾਲਾ ਪਾਰਟ ਲੈ ਗਏ, ਪਾਣੀ ਵਾਲਾ ਲਾਗੂ ਕਰਤਾ, ਉਹਦੀ ਕੋਈ ਕਾਨੂੰਨੀ ਅਥੈਂਟਿਸਿਟੀ ਨਹੀਂ, ਉਹ ਸਿਰਫ ਉਹਨੂੰ ਕਾਨੂੰਨੀ ਰੰਗ ਦੇਣ ਵਾਸਤੇ ਪਾਰਲੀਮੈਂਟ 'ਚ ਜਿਹੜਾ ਸੀਗਾ ਸਮਝੌਤਾ ਪੇਸ਼ ਕੀਤਾ ਗਿਆ। ਆ ਜਿਹੜਾ ਇਹ ਤੋਂ ਪਹਿਲੇ ਸਮਝੌਤੇ ਨੇ ਉਹ ਕਦੇ ਟ੍ਰਿਬਿਊਨਲ ਬਣਾ ਦਿੱਤਾ। ਮੈਂ ਇਸ ਭਲੇ ਮਾਨਸ ਨੂੰ ਕਿਹਾ ਵੀ ਟ੍ਰਿਬਿਊਨਲ ਤਾਂ ਉਸ ਵੇਲੇ ਮੰਗੀਦਾ ਜਦੋਂ ਅਸੀਂ ਪਾਣੀ ਦਾ ਕੋਈ ਝਗੜਾ ਹੋਵੇ, ਅਸੀਂ ਕਿਸੇ ਨੂੰ ਪਾਣੀ ਦੇਣਾ ਹੋਵੇ, ਪਾਣੀ ਦੇ ਮਾਲਕ ਤਾਂ ਅਸੀਂ ਹਾਂ, ਤੁਸੀਂ ਟ੍ਰਿਬਿਊਨਲ ਕਾਹਦੇ ਮੰਗਦੇ ਹੋ? ਕੋਈ ਜਵਾਬ ਨਹੀਂ। ਜਿੱਦਣ ਹੁਣ ਕੇਂਦਰੀ ਟੀਮ ਆਈ ਹੈ, ਉਸ ਦਿਨ ਇੱਕ ਮੰਤਰੀ ਇਹਦਾ ਮੈਨੂੰ ਮੁੜ ਮੁੜ ਟੈਲੀਫੋਨ ਕਰ ਦੇਵੇ, ਜਿਹੜੀ ਗੱਲ ਮੈਂ ਕਹਿ ਦੇਵਾਂ ਉਹੀ ਉਹ ਮੁੱਖ ਮੰਤਰੀ ਨੂੰ ਕਹਿ ਕੇ ਮੈਨੂੰ ਕਹਿ ਦੇਵੇ ਮੈਂ ਕਹਿਤਾ। ਮੈਂ ਕਿਹਾ ਟ੍ਰਿਬਿਊਨਲ ਨਾ ਮੰਗਿਓ, ਉਹਦੇ ਕੋਲ ਟ੍ਰਿਬਿਊਨਲ, ਉਹ ਤਾਂ ਚਾਹੁੰਦੇ ਨੇ ਵੀ ਟ੍ਰਿਬਿਊਨਲ ਮੰਗ ਲੈਣ, ਟ੍ਰਿਬਿਊਨਲ ਫੇਰ ਪਾਣੀ ਦੇ ਦੇਵੇ। ਪਾਣੀ ਦੇ ਮਾਲਕ ਤੁਸੀਂ ਹੋ, ਤੁਸੀਂ ਉਹਨਾਂ ਨੂੰ ਕਹੋ ਜੀ ਪਹਿਲਾਂ ਇਹ ਡਿਸਾਈਡ ਕਰੋ ਵੀ ਪਾਣੀ ਦਾ, ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਕੌਣ ਹੈ? ਸੰਵਿਧਾਨ ਕਿਹਨੂੰ ਮਾਲਕ ਗਿਣਦਾ? ਜੇ ਸੰਵਿਧਾਨ ਕਹਿੰਦਾ ਅਸੀਂ ਮਾਲਕ ਹਾਂ, ਫਿਰ ਮਾਲਕ ਫੈਸਲਾ ਕਰੂ ਵੀ ਮੇਰੀ ਆਪਣੀ ਲੋੜ ਪੂਰੀ ਕਰਕੇ ਬਾਕੀ ਦਾ ਕਿਹਨੂੰ ਦੇਣਾ? ਹਰਿਆਣੇ ਨੂੰ 40% ਪਾਣੀ ਪ੍ਰੋਵੀਜ਼ਨ ਰੀਓਰਗਨਾਈਜੇਸ਼ਨ ਐਕਟ 'ਚ, ਅੱਜ 70% ਜਾ ਰਿਹਾ।
ਹਲੇ ਫਿਰ ਐਸ ਵਾਈ ਐਲ ਦਾ ਘੋੜਾ ਸਾਡੇ ਤੇ ਗਿਣਕਦਾ। ਤੋ ਸਾਨੂੰ ਮੁੱਦਿਆਂ ਨੂੰ ਤਹਿ ਤੱਕ ਘੋਲ ਕੇ ਫਿਰ ਅੱਗੇ ਗੱਲ ਕਰਨੀ ਪਏਗੀ। ਔਰ ਅੱਜ ਦੀ ਸਥਿਤੀ ਜਿੱਥੇ ਪੰਜਾਬ ਖੜਾ ਹੈ, ਜੇ ਪਾਣੀਆਂ ਦੇ ਨਾ ਲੜੇ ਤਾਂ ਪੰਜਾਬ ਨੂੰ ਕੋਈ ਬਚਾਉਣ ਵਾਲੀ ਤਾਕਤ ਮੈਨੂੰ ਨਜ਼ਰ ਆ ਨਹੀਂ ਰਹੀ। ਤੇ ਮੈਨੂੰ ਇਹ ਸਭ ਤੋਂ ਵੱਧ ਅਫਸੋਸ ਜਿਹਾ ਤਾਂ ਇਸ ਗੱਲ ਦਾ, ਕੋਈ ਪੋਲੀਟੀਕਲ ਪਾਰਟੀ ਇਹਦੇ ਤੇ ਬੋਲਣ ਨੂੰ ਤਿਆਰ ਨਹੀਂ ਆ। ਹੁਣ ਥੋੜਾ ਜਿਹਾ ਅਕਾਲੀ ਦਲ ਨੇ ਕਿਹਾ ਵੀ ਪਾਣੀਆਂ ਤੇ ਅਸੀਂ ਸਟੱਡੀ ਕਰਨਾ, ਉਹਨਾਂ ਨੇ ਹਾਲੇ ਸਟੱਡੀ ਕਰਨ ਲੱਗਣਾ, ਪਤਾ ਨਹੀਂ ਕਰਨਗੇ ਉਹਨਾਂ ਦੀ ਸਟੱਡੀ ਕੀ ਨਿਕਲੂ ਉਹ ਰੱਬ ਜਾਣੇ। ਪਰ ਅੱਜ ਜਿੱਥੇ ਤੁਹਾਡੀ ਸਥਿਤੀ ਪਹੁੰਚੀ ਹੈ, ਅਸੀਂ ਤਾਂ ਮੋਰਚਾ 18 ਨੂੰ ਭਰਾਵੋ ਲਾ ਰਹੇ ਹਾਂ। ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਵੀ ਆਓ, ਬਾਕੀ ਜਥੇਬੰਦੀਆਂ ਨੂੰ ਵੀ ਦਿੱਤਾ, ਕੋਈ ਪ੍ਰਾਇਰਿਟੀ ਤੈਅ ਕਰ ਲਓ। ਮੁੱਦੇ ਬਹੁਤ ਨੇ, ਇੱਕ ਨਹੀਂ, ਬਹੁਤ ਸਾਰੇ ਮੁੱਦੇ ਨੇ ਜਿਹੜੇ ਹਾਲੇ ਛੋਏ ਵੀ ਨਹੀਂ ਗਏ। ਪ੍ਰਾਇਰਿਟੀ ਤੈਅ ਕਰ ਲਓ, ਦੇਖ ਲਓ ਕਿਹੜਾ ਸਭ ਤੋਂ ਜ਼ਰੂਰੀ ਆ, ਉਹਦੇ 'ਤੇ ਲੜਾਈ ਲੜ ਲਓ। ਪਹਿਲਾਂ ਪਾਣੀਆਂ ਦੇ ਉੱਤੇ ਹੁਣ ਕੀ ਹੈ, ਜੇ ਪਾਣੀ ਨਹੀਂ ਤਾਂ ਫਸਲ ਨਹੀਂ, ਪਾਣੀ ਨਹੀਂ ਤਾਂ ਫਿਰ ਫਸਲ ਨਹੀਂ ਤਾਂ MSP ਨਹੀਂ। ਪਹਿਲਾਂ ਪਾਣੀ ਤਾਂ ਬਚਾ ਲਓ। ਤੋ ਅਸੀਂ 18 ਤਾਰੀਖ ਨੂੰ ਚੰਡੀਗੜ੍ਹ 'ਚ ਮੋਰਚਾ ਲਾਉਣ ਵਾਲੇ ਹਾਂ, ਅਤੇ ਸਾਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਗੱਲ ਕੀਤੀ, ਮੀਟਿੰਗਾਂ 2 ਹੋਲੀਆਂ, ਉਹ ਨਾ ਤਾਂ ਜਵਾਬ ਦਿੰਦੇ ਆ। ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ 34 ਸੈਕਟਰ 'ਚ ਜਗ੍ਹਾ ਦੇ ਦਿਓ, ਅਸੀਂ ਵਾਅਦਾ ਕਰਦੇ ਹਾਂ ਵੀ ਇੱਥੇ ਇਹ ਮੋਰਚਾ ਪੀਸਫੁੱਲ ਰਹੇਗਾ। ਅਸੀਂ ਇਹ ਵੀ ਵਾਅਦਾ ਕਰਦੇ ਹਾਂ ਤੁਹਾਡੇ 'ਤੇ ਆਮ ਪਬਲਿਕ ਨੂੰ ਕੋਈ ਇਹਦੀ ਤਕਲੀਫ ਨਹੀਂ ਹੋਏਗੀ, ਬਹੁਤ ਖੁੱਲ੍ਹੀ ਜਗ੍ਹਾ ਪਈ ਹੈ। ਅਸੀਂ 5-7 ਸਾਲ ਪਹਿਲਾਂ ਤੱਕ ਉੱਥੇ ਹਫ਼ਤਾ 10-10 ਦਿਨ ਧਰਨੇ ਦਿੰਦੇ ਰਹੇ ਹਾਂ, ਅਤੇ ਹੁਣ ਵੀ ਉੱਥੇ ਧਰਨਾ ਦੇ ਸਕਦੇ ਹਾਂ। ਅਤੇ ਸਾਨੂੰ ਉਹਦੀ ਇਜਾਜ਼ਤ ਦਿਓ, ਨਾ ਤਾਂ ਉਹ ਇਜਾਜ਼ਤ ਦਿੰਦੇ ਨੇ, ਕਹਿੰਦੇ ਨੇ ਜੀ ਸਾਨੂੰ ਉੱਪਰਲਿਆਂ ਨੂੰ ਪੁੱਛਣਾ ਪਊਗਾ। ਜੀ ਦੇਖੋ ਜੀ, ਅਸੀਂ ਸਾਡੇ ਕੱਲਿਆਂ ਦੇ ਬੱਸ ਨਹੀਂ, DC SSP ਕਹਿੰਦੇ ਅਸੀਂ ਉੱਪਰਲਿਆਂ ਨੂੰ ਪੁੱਛਾਂਗੇ, ਉੱਪਰਲਿਆਂ ਨੂੰ ਪਤਾ ਨਹੀਂ ਕਦੋਂ ਪੁੱਛਣਗੇ। ਮੈਨੂੰ ਲੱਗਦਾ ਵੀ ਜਦੋਂ ਉੱਥੇ ਜਾ ਕੇ ਬਹਿ ਗਏ ਸਿਰ 'ਤੇ ਤਾਂ ਉਦੋਂ ਪੁੱਛਣਗੇ, ਉਦੋਂ ਅਸੀਂ ਉਹਨਾਂ ਨੂੰ ਫਿਰ ਤੰਗ ਕਰਾਂਗੇ, ਆਪ ਵੀ ਤੰਗ ਹੋਵਾਂਗੇ, ਉਹਨਾਂ ਨੂੰ ਵੀ ਤੰਗ ਕਰਾਂਗੇ। ਤਾਂ ਮੈਂ ਉਮੀਦ ਕਰਦਾ ਤੁਹਾਡੇ ਦੁਆਬੇ ਦੇ ਕੋਆਰਡੀਨੇਟਰ ਬਣਾਏ ਨੇ ਜਥੇਦਾਰ ਕਸ਼ਮੀਰ ਸਿੰਘ ਹੋਰੀ, 4 ਜ਼ਿਲ੍ਹੇ ਇਹਨਾਂ ਦੇ ਜ਼ਿੰਮੇ ਲਾਏ ਹੈ, ਅਤੇ ਮੈਨੂੰ ਉਮੀਦ ਹੈ ਅੱਜ ਤੱਕ ਇਹ ਕਦੇ ਜਿਹੜਾ ਇਹਨਾਂ ਦੇ ਜ਼ਿੰਮੇ ਕੰਮ ਲੱਗਿਆ ਕਦੇ ਪਿੱਛੇ ਨਹੀਂ ਹਟੇ, ਉਹ ਕੰਮ ਸਫਲ ਹੁੰਦਾ। ਅਤੇ ਇਹਨਾਂ ਦੀ ਟੀਮ ਬਹੁਤ ਵਧੀਆ ਹੈ, ਪ੍ਰਧਾਨ ਸਾਹਿਬ ਨੇ, ਫੌਜੀ ਸਾਹਿਬ ਬੈਠੇ ਨੇ, ਚੇਤਨ ਸਿੰਘ ਹੋਰੀ ਬੈਠੇ ਨੇ, ਬਹੁਤ ਸਾਰੇ ਸੱਜਣ ਨੇ ਜਿਹੜੇ ਦਿਨ ਰਾਤ ਇੱਕ ਕਰਦੇ ਨੇ, ਅਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਇਹਨਾਂ ਦਾ ਸਾਥ ਦਿਓਗੇ ਔਰ 18 ਤਾਰੀਖ ਨੂੰ ਵੱਧ ਚੜ੍ਹ ਕੇ ਉੱਥੇ ਮੋਰਚੇ ਵਿੱਚ ਸ਼ਾਮਲ ਹੋ ਔਰ ਕੇਸ ਤੁਹਾਡਾ ਮਜ਼ਬੂਤ ਹੈ। ਹਾਂ, ਇੱਕ ਗੱਲ ਦਾ ਮੈਂ ਵਾਅਦਾ ਕਰਦਾ, ਜਿਸ ਦਿਨ ਸਰਕਾਰ ਮੇਜ਼ 'ਤੇ ਆ ਗਈ, ਸਰਕਾਰ ਹਾਰੇਗੀ। ਤੁਹਾਡਾ ਕੇਸ ਇੰਨਾ ਮਜ਼ਬੂਤ ਹੈ, 100% ਸਰਕਾਰ ਹਾਰੇਗੀ, ਜਿਵੇਂ ਕਾਨੂੰਨਾਂ ਦੇ ਮਾਮਲੇ 'ਚ ਸਰਕਾਰ ਨੂੰ ਸਿਰ ਨਹੀਂ ਚੱਕਣ ਦਿੱਤਾ, ਪਾਣੀਆਂ ਦੇ ਮਾਮਲੇ 'ਚ ਵੀ ਅਸੀਂ ਸਰਕਾਰ ਨੂੰ ਪੂਰਾ ਢਾਹ ਕੇ ਕੁੱਟ ਕੇ ਮਨਾਵਾਂਗੇ। ਪਾਣੀਆਂ ਦਾ ਕੇਸ ਪੰਜਾਬ ਦਾ ਮਜ਼ਬੂਤ ਹੈ, ਪੰਜਾਬ ਮਾਲਕ ਹੈ ਪਾਣੀ ਦਾ, ਅੱਜ ਮਾਲਕ ਖੁਦ ਪਿਆਸਾ ਹੈ, ਜਿਹੜੀਆਂ ਸਟੇਟਾਂ ਦਾ ਹੱਕ ਨਹੀਂ ਉਹਨਾਂ ਨੂੰ ਪਾਣੀ ਜਾ ਰਿਹਾ। ਅਸੀਂ ਕਿਹਾ ਕਿ ਅਸੀਂ ਰਾਜਸਥਾਨ ਦਾ ਵਿਰੋਧ ਨਹੀਂ ਕਰਦੇ, ਅਸੀਂ ਹਰਿਆਣਾ ਦਾ ਵਿਰੋਧ ਨਹੀਂ ਕਰਦੇ, ਪਹਿਲਾਂ ਮਾਲਕ ਹੀ ਮੰਨੋ, ਫਿਰ ਅਸੀਂ ਆਪਣੀ ਜ਼ਰੂਰਤ ਪੂਰੀ ਕਰਕੇ ਜਿਹੜਾ ਬਾਕੀ ਦਾ ਪਾਣੀ ਹੈ ਅਸੀਂ ਦੇਵਾਂਗੇ ਉਹਨਾਂ ਨੂੰ ਰੇਟ ਤੈਅ ਕਰਕੇ। ਦਿੱਲੀ ਸਰਕਾਰ ਨੇ 15 ਦਸੰਬਰ 2019 ਨੂੰ ਇੱਕ ਸਮਝੌਤਾ ਕੀਤਾ ਹਿਮਾਚਲ ਨਾਲ ਪਾਣੀ ਦਾ, ਜਿਹੜਾ ਹਿਮਾਚਲ ਦੇ ਹਿੱਸੇ ਦਾ ਪਾਣੀ ਉਹਨੇ ਖਰੀਦਿਆ, ਉਹਦੇ 'ਚ ਰੇਟ ਤੈਅ ਕੀਤਾ 32 ਰੁਪਏ ਪਰ 1000 ਕਿਊਬਿਕ ਫੁੱਟ, ਅਤੇ ਸਾਡੇ ਕੋਲੋਂ ਸਾਡੇ ਪਾਣੀ ਮੁਫ਼ਤ ਕਿਉਂ ਜਾਂਦਾ ਜੀ? ਪੰਜਾਬ ਦਾ ਵੀ ਜਾਂਦਾ ਦਿੱਲੀ ਨੂੰ, ਔਰ ਹਿਮਾਚਲ ਨੂੰ 2 ਵੱਡੇ ਪਲਾਟ ਦਿੱਤੇ ਨੇ 1 ਕਰੋੜ ਰੁਪਏ ਦੇ, ਅਤੇ ਹਰ 5 ਸਾਲ ਬਾਅਦ ਉਹ ਸਮਝੌਤਾ ਜਿਹੜਾ ਉਹ ਰਿਵਿਊ ਹੋਣਾ, ਸਮਝੌਤਾ ਨਹੀਂ ਰਿਵਿਊ ਹੋਣਾ, ਰੇਟ ਰਿਵਿਊ ਹੋਣਾ, 25 ਸਾਲ ਵਾਸਤੇ ਸਮਝੌਤਾ ਕੀਤਾ। ਅਤੇ ਅਸੀਂ ਕਿਹਾ ਵੀ ਸਾਡੇ ਸਮਝੌਤੇ ਨੇ ਜਿਹੜੇ ਉਹਨਾਂ ਨੂੰ ਵੀ ਰਿਵਿਊ ਕਰ ਲਓ। ਸਰਕਾਰ ਸਾਡੀ, ਭਾਰਤ ਸਰਕਾਰ, ਅਸੀਂ ਕੋਈ ਅਲੋਕਾਰੀ ਗੱਲ ਨਹੀਂ ਕਰਦੇ,
ਬੰਗਲਾਦੇਸ਼ ਨਾਲ ਗੰਗਾ ਦੇ ਪਾਣੀ ਦਾ ਸਮਝੌਤਾ ਹੋਇਆ, ਉਹ 25 ਸਾਲਾਂ ਬਾਅਦ ਹੁਣ ਰਿਵਿਊ ਵਾਸਤੇ ਮੀਟਿੰਗਾਂ ਚੱਲ ਰਹੀਆਂ ਨੇ, ਤੇ ਸਾਡੇ ਸਮਝੌਤਿਆਂ ਦੀ ਰਿਵਿਊ ਕਿਉਂ ਨਹੀਂ ਹੋ ਰਹੀ? 1955 ਦਾ ਪਾਣੀ ਵੰਡਿਆ ਹੋਇਆ, ਕਿਸੇ ਨੇ ਕਦੇ ਰਿਵਿਊ ਹੀ ਨਹੀਂ ਕੀਤਾ। ਕੋਈ 1961 ਦੇ ਬਾਅਦ ਪਾਣੀ ਦੀ ਸੀਰੀਜ਼ ਹੀ ਨਹੀਂ, ਪਾਣੀ ਕਿੰਨਾ ਆਉਂਦਾ ਨਦੀਆਂ 'ਚ ਕਦੇ ਕਿਸੇ ਨੇ ਹਿਸਾਬ ਹੀ ਨਹੀਂ ਲਾਇਆ। ਜਿਹੜਾ ਪਾਣੀ ਘੱਟ ਗਿਆ ਉਹਦੀ ਸਜ਼ਾ ਪੰਜਾਬ ਭੁਗਤੇ ਕਿਉਂ ਹੋਵੇ? ਪੰਜਾਬ ਮਾਲਕ ਪੰਜਾਬ ਦਾ ਪਾਣੀ ਨੂੰ ਤਰਸੇ, ਤੇ ਜਿਹੜੇ ਨੋਨ ਰਾਈਪੇਰੀਅਨ ਨੇ ਉਹਨਾਂ ਨੂੰ ਪਾਣੀ ਦੇਈ ਜਾਓ, ਉਹਨਾਂ ਨੂੰ ਹੋਰ ਦੇਈ ਜਾਓ। ਤੋ ਇਹ ਬਹੁਤ ਗੰਭੀਰ ਮਾਮਲਾ ਹੈ। ਮੈਂ ਉਮੀਦ ਕਰਦਾ ਤੁਸੀਂ ਸਾਰੇ ਸਮਝਦਾਰ ਲੋਕ ਬੈਠੇ ਹੋ, ਇਸ ਗੱਲ ਨੂੰ ਆਪੋ ਆਪਣੇ ਪਿੰਡ 'ਚ ਆਪਣੇ ਭਾਈਚਾਰੇ 'ਚ ਲੈ ਕੇ ਜਾਓਗੇ, ਔਰ ਆਪਾਂ ਇਕੱਠੇ ਹੋ ਕੇ ਸਾਰੇ ਇਸ ਮੋਰਚੇ ਨੂੰ ਜਿੱਤਾਂਗੇ। ਇੰਨਾ ਕਹਿਦਾ ਕਿ ਮੈਂ ਚਾਹੁੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਈਡੀਅਲ ਡਰਾਈਵਿੰਗ ਇੰਸਟੀਚਿਊਟ ਹੁਣ ਅਲ ਕੁਈਨ ਦੁਬਈ, ਜੋ ਆਪ ਸਭ ਦੀ ਸੇਵਾ ਵਿੱਚ 1990 ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤੱਖਰ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ। ਇਸ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ। ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਕੋਦਰ ਵਿਖੇ ਆਓ ਅਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ। ਡਰਾਈਵਿੰਗ ਲਾਇਸੈਂਸ ਲਈ ਸਿਰਫ 50,000 ਐਡਵਾਂਸ, ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ। TNC ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ। ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਖਰ ਨਾਲ ਸੰਪਰਕ ਕਰੋ। ਫੋਨ ਨੰਬਰ 98-150-26-644, 98-720-16-644।